ਇਸ ਵੇਲੇ ਦੀ ਵੱਡੀ ਖਬਰ ਇੰਟਰਨੈਸ਼ਨਲ ਜੁੜੀ ਹੋਈ ਸਾਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਹੁਣ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਮੁਰ ਤੋਂ ਸ਼ੁਰੂ ਹੋ ਸਕਦੀਆਂ ਨੇ ਪਰ ਕੁਝ ਜ਼ਿਲ੍ਹਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ ਜਿਵੇਂ ਸ਼ਨੀਵਾਰ ਤੋਂ ਹੀ ਸੂਬੇ ਭਰ ਦੇ ਵਿੱਚ ਇੰਟਰਨੈਟ ਬੰਦ ਹੈ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਹੁਣ ਇਹ ਸੇਵਾਵਾਂ ਜਿਹੜੀਆਂ ਨੇ ਫਿਲਹਾਲ ਇਹਨਾਂ ਇੰਟਰਨੈਟ ਸੇਵਾਵਾਂ ਤੇ ਰੋਕ ਲੱਗੀ ਹੋਈ ਹੈ ਪਰ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੰਟਰਨੈਟ ਸੇਵਾਵਾਂ ਚੱਲ ਸਕਦੀਆਂ ਨੇ ਕੁਝ ਜ਼ਿਲ੍ਹੇ ਜਿਹੜੇ ਇਸ ਤੋਂ ਬਾਹਰ ਰੱਖੇ ਹੋਏ ਨੇ ਤਰਨਤਾਰਨ ਐ ਫਿਰੋਜ਼ਪੁਰ ਐ ਮੋਗਾ ਐ ਸੰਗਰੂਰ ਐ ਕਮਰੇ ਸੇਧਾ ਜਨਾਲਾ ਤੇ ਵੀਪੀਐਸ ਚੌਂਕ ਕੇ 에어ਪੋਰਟ ਰੋਡ ਐ ਮੁਹੈਲੀ ਦਾ ਇਹ ਕੁਝ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਠੱਪ ਰਹਿਣਗੀਆਂ ਐਸਐਮਐਸ ਸੇਵਾਵਾਂ ਠੱਪ ਰਹਿਣਗੀਆਂ ਅਭੀਤੇ ਸ਼ਨੀਵਾਰ ਤੋਂ ਹੀ ਜਿਹੜਾ ਸੂਬੇ ਭਰ ਦੇ ਵਿੱਚ ਦੁਪਹਿਰ ਤੋਂ ਜਿਹੜਾ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਸੀਗੀਆਂ 24 24 ਘੰਟੇ ਦੇ ਹਿਸਾਬ ਦੇ ਨਾਲ ਜਿਹੜਾ ਇਸ ਨੂੰ ਅੱਗੇ-ਅੱਗੇ ਇਹਨਾਂ ਦੀ ਜਿਹੜੀ ਇਹ ਰੋਕ ਜਾਰੀ ਰੱਖੀ ਹੋਈ ਸੀ ਤੇ ਹੁਣ ਇਸ ਆਰਡਰ ਇੱਕ ਪੰਜਾਬ ਸਰਕਾਰ ਵੱਲੋਂ ਆਰਡਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਹੁਣ 27 ਤਰੀਕ ਤੱਕ ਇਹਨਾਂ ਇੰਟਰਨੈਟ ਬੰਦ ਰਹੇਗਾ 21 ਤੋਂ ਲੈ ਕੇ 27 ਤਰੀਕ ਤੱਕ ਦੇ ਆਰਡਰ ਜਾਰੀ ਹੋਏ ਨੇ ਜਿਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ 27 ਤਰੀਕ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਤਾਂ ਹੁਣ ਲੱਗਦਾ ਹੈ ਕਿ ਬਾਕੀ ਪੰਜਾਬ ਦੇ ਵਿੱਚ ਜਿਹੜੇ ਬਾਕੀ ਇਲਾਕੇ ਬਚਦੇ ਨੇ ਉਹਨਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ ਤੇ ਉਹਨਾਂ ਦਾ ਇਹ ਆਰਡਰ ਜਿਹੜੇ ਨੇ ਇਸ ਕਾਰਨ ਜਾਰੀ ਕੀਤੇ ਗਏ ਨੇ ਕਿ ਤਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲ ਸਕੇ ਗਲਤ ਸੂਚਨਾ ਕਿਸੇ ਤੱਕ ਨਾ ਪਹੁੰਚ ਸਕੇ ਨਾ ਇਲਾਕਿਆਂ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੇ ਅਨਸੁਖਾਂ ਵਿਘਤਨਾ ਨਾ ਵਾਪਰ ਸਕੇ ਇਸ ਤੇ ਐਤੀਆਤਨ ਕਰਤੇ ਕਦਮ ਜਿਹੜਾ ਚੱਕਿਆ ਗਿਆ ਸਰਕਾਰ ਵੱਲੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਪ੍ਰਭਾਵਿਤ ਕੀਤੀਆਂ ਗਈਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਉੱਥੇ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸ਼ਨੀਵਾਰ ਤੋਂ ਹੀ ਇੰਟਰਨੈਟ ਸੇਵਾਵਾਂ ਬੰਦ ਸੀ ਗਿਆ ਜਿਸ ਦੇ ਚੱਲਦੇ ਕਈ ਲੋਕ ਜਿਹੜੇ ਨੇ ਉਹ ਇਸ ਤੋਂ ਪਰੇਸ਼ਾਨ ਚੱਲ ਰਹੇ ਸੀਗੇ ਜਿਵੇਂ ਕੁਝ ਸੋਸ਼ਲ ਮੀਡੀਆ ਐਪਸ ਨੇ ਜਿਨ੍ਹਾਂ ਦੇ ਰੋਜ਼ਗਾਰ ਜਿਹੜੇ ਨੇ ਉਹਨਾਂ ਦੇ ਉੱਪਰ ਟਿੱਕੇ ਹੋਏ ਨੇ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀਗੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇੰਟਰਨੈਟ ਚੱਲ ਜਾਵੇ ਜਿਸ ਕਾਰਨ ਹੁਣ ਲੱਗਦਾ ਹੈ ਕਿ 12 ਵਜੇ ਤੋਂ ਬਾਅਦ ਬਾਕੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ ਮੁੜ ਤੋਂ ਸੁਚਾਰੂ ਰੂਪ ਦੇ ਵਿੱਚ ਚੱਲ ਸਕਦੀਆਂ ਨੇ ਤੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਅਸੀਂ ਇਲਾਕੇ ਤੁਹਾਨੂੰ ਦੱਸਿਓ ਨੇ ਉਹਨਾਂ ਦੇ ਵਿੱਚ ਫਿਲਹਾਲ ਕਈ ਤਰੀਕ ਤੱਕਨ ਰੁਕ ਕੇ ਜਾਰੀ ਰਹੇਗੀ ਇਸ ਵੇਲੇ ਦੀ ਵੱਡੀ ਖਬਰ ਇੰਟਰਨੈਟ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਹੁਣ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ ਪਰ ਕੁਝ ਜ਼ਿਲ੍ਹਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਕੁਝ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ ਜਿਵੇਂ ਸ਼ਨੀਵਾਰ ਤੋਂ ਹੀ ਸੁੱਬੇ ਭਰ ਦੇ ਵਿੱਚ ਇੰਟਰਨੈਟ ਬੰਦ ਹੈ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਹੁਣ ਇਹ ਸੇਵਾਵਾਂ ਜਿਹੜੀਆਂ ਨੇ ਫਿਲਹਾਲ ਇਹਨਾਂ ਇੰਟਰਨੈਟ ਸੇਵਾਵਾਂ ਤੇ ਰੋਕ ਲੱਗੀ ਹੋਈ ਹੈ ਪਰ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੰਟਰਨੈਟ ਸੇਵਾਵਾਂ ਚੱਲ ਸਕਦੀਆਂ ਨੇ ਕੁਝ ਜ਼ਿਲ੍ਹੇ ਜਿਹੜੇ ਇਸ ਤੋਂ ਬਾਹਰ ਰੱਖੇ ਹੋਏ ਨੇ ਤਰਨਤਾਰਨ ਐ ਫਿਰੋਜ਼ਪੁਰ ਐ ਮੋਗਾ ਐ ਸੰਗਰੂਰ ਐ ਅੰਮ੍ਰਿਤਸਰ ਦਾ ਜਨਾਲਾਏ ਤੇ ਵੀਪੀਐਸ ਚੌਂਕ ਦੇ 에য়ারਪੋਰਟ ਰੋਡ ਐ ਮੁਹੈਲੀ ਦਾ ਇਹ ਕੁਝ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਠੱਪ ਰਹਿਣਗੀਆਂ ਐਸਐਮਐਸ ਸੇਵਾਵਾਂ ਠੱਪ ਰਹਿਣਗੀਆਂ ਅਭੀਤੇ ਸ਼ਨੀਵਾਰ ਤੋਂ ਹੀ ਜਿਹੜਾ ਸੂਬੇ ਭਰ ਦੇ ਵਿੱਚ ਦੁਪਹਿਰ ਤੋਂ ਜਿਹੜਾ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਸਿਗੀਆਂ 24 24 ਘੰਟੇ ਦੇ ਹਿਸਾਬ ਦੇ ਨਾਲ ਜਿਹੜਾ ਇਸ ਨੂੰ ਅੱਗੇ-ਅੱਗੇ ਇਹਨਾਂ ਦੀ ਜਿਹੜੀ ਇਹ ਰੋਕ ਜਾਰੀ ਰੱਖੀ ਹੋਈ ਸੀ ਤੇ ਹੁਣ ਇਸ ਆਰਡਰ ਇੱਕ ਪੰਜਾਬ ਸਰਕਾਰ ਵੱਲੋਂ ਆਰਡਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਹੁਣ 27 ਤਰੀਕ ਤੱਕ ਇਹਨਾਂ ਇੰਟਰਨੈਟ ਬੰਦ ਰਹੇਗਾ 21 ਤੋਂ ਲੈ ਕੇ 27 ਤਰੀਕ ਤੱਕ ਦੇ ਆਰਡਰ ਜਾਰੀ ਹੋਏ ਨੇ ਜਿਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ 27 ਤਰੀਕ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਤਾਂ ਹੁਣ ਲੱਗਦਾ ਹੈ ਕਿ ਬਾਕੀ ਪੰਜਾਬ ਦੇ ਵਿੱਚ ਜਿਹੜੇ ਬਾਕੀ ਇਲਾਕੇ ਬਚਦੇ ਨੇ ਉਹਨਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ ਤੇ ਉਹਨਾਂ ਦੇ ਇਹ ਆਰਡਰ ਜਿਹੜੇ ਨੇ ਇਸ ਕਾਰਨ ਜਾਰੀ ਕੀਤੇ ਗਏ ਨੇ ਕਿ ਤਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲ ਸਕੇ ਗਲਤ ਸੂਚਨਾ ਕਿਸੇ ਤੱਕ ਨਾ ਪਹੁੰਚ ਸਕੇ ਨਾ ਇਲਾਕਿਆਂ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੇ ਅਣਸੁਖਾਵੇ ਘਟਨਾਵਾਂ ਵਾਪਰ ਸਕੇ ਇਸ ਤੇ ਐਤਿਆਤਨਕਾਰ ਤੇ ਕਦਮ ਜਿਹੜਾ ਚੱਕਿਆ ਗਿਆ ਸਰਕਾਰ ਵੱਲੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਪ੍ਰਭਾਵਿਤ ਕੀਤੀਆਂ ਗਈਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਉੱਥੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਸ਼ਨੀਵਾਰ ਤੋਂ ਹੀ ਇੰਟਰਨੈਟ ਸੇਵਾਵਾਂ ਬੰਦ ਸੀਗੀਆਂ ਜਿਸ ਦੇ ਚਲਦੇ ਕਈ ਲੋਕ ਜਿਹੜੇ ਨੇ ਉਸ ਤੋਂ ਪਰੇਸ਼ਾਨ ਚੜ੍ਹੇ ਸਿਗੇ ਜਿਵੇਂ ਕੁਝ ਸੋਸ਼ਲ ਮੀਡੀਆ ਐਪਸ ਨੇ ਜਿਨ੍ਹਾਂ ਦੇ ਰੋਜ਼ਗਾਰ ਜਿਹੜੇ ਨੇ ਉਹਨਾਂ ਦੇ ਉੱਪਰ ਟਿੱਕੇ ਹੋਏ ਨੇ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸਿਗੇ ਉਹਨਾਂ ਦੇ ਵੱਲੋਂ ਅਮੰਗ ਕਿਤੇ ਜਾਰੀ ਸੀ ਕਿ ਇੰਟਰਨੈਟ ਚੱਲ ਜਾਵੇ ਤੇ ਇਸ ਕਾਰਨ ਹੁਣ ਲੱਗਦਾ ਹੈ ਕਿ 12 ਵਜੇ ਤੋਂ ਬਾਅਦ ਬਾਕੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ ਮੁੜ ਤੋਂ ਸੁਚਾਰੂ ਰੂਪ ਦੇ ਵਿੱਚ ਚੱਲ ਸਕਦੀਆਂ ਨੇ ਤੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਅਸੀਂ ਇਲਾਕੇ ਤੁਹਾਨੂੰ ਦੱਸੇ ਨੇ ਉਹਨਾਂ ਦੇ ਵਿੱਚ ਫਿਲਹਾਲ ਤਈ ਤਰੀਕ ਤੱਕ ਨੁਕ ਹੋਕ ਜਾਰੀ ਰਹੇਗੀ